ਭਾਰਤੀ ਟੀਮ ਇਸ ਸਮੇਂ ਆਇਰਲੈਂਡ ਦੇ ਦੌਰੇ ਤੇ ਹੈ ਜਿੱਥੇ 3 ਮੈਚਾਂ ਦੀ T20 ਸੀਰੀਜ਼ ਖੇਡਣ ਪਹੁੰਚੀ ਹੋਈ ਹੈ। ਇਸ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ 'ਚ ਟੀਮ ਇੰਡੀਆ ਨੇ ਆਸਾਨੀ ਨਾਲ ਜਿੱਤ ਹਾਸਲ ਕਰਕੇ 2-0 ਨਾਲ ਬੜਤ ਹਾਸਲ ਕਰ ਲਈ ਹੈ। ਹੁਣ ਟੀਮ ਦੀ ਨਜ਼ਰ ਕਪਤਾਨ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਸੀਰੀਜ਼ 'ਚ ਕਲੀਨ ਸਵੀਪ ਕਰਨ ਤੇ ਹੈ। ਉੱਥੇ ਹੀ ਆਪਣੇ ਕਪਤਾਨੀ ਦੇ ਕਰੀਅਰ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਬੁਮਰਾਹ ਨੇ ਖੁਦ ਨੂੰ ਕੋਹਲੀ ਅਤੇ ਹਾਰਦਿਕ ਪਾਂਡਿਆ ਦੀ ਲੀਗ 'ਚ ਸ਼ਾਮਿਲ ਕਰ ਲਿਆ ਹੈ। ਟੀਮ ਇੰਡੀਆ 'ਚ 11 ਮਹੀਨਿਆਂ ਦੇ ਬਾਅਦ ਵਾਪਸੀ ਕਰਨ ਵਾਲੇ ਜਸਪ੍ਰੀਤ ਬੁਮਰਾਹ ਦੇ ਪ੍ਰਦਰਸ਼ਨ ਤੇ ਇਸ ਸੀਰੀਜ਼ ਵਿੱਚ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਕਰਕੇ ਹੀ ਉਹਨਾਂ ਨੇ ਆਪਣੀ ਕਪਤਾਨੀ ਨੂੰ ਵੀ ਜ਼ਿਆਦਾ ਜ਼ਿੰਮੇਵਾਰੀ ਨਾਲ ਸੰਭਾਲਿਆ ਹੋਇਆ ਹੈ। ਬੁਮਰਾਹ ਨੇ ਦੋਨਾਂ ਫਾਰਮੈਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਉਸੇ ਪੁਰਾਣੇ ਅੰਦਾਜ਼ ਨੂੰ ਹੁਣ ਤੱਕ ਸੀਰੀਜ਼ ਵਿੱਚ ਦਿਖਾਉਣ 'ਚ ਕਾਮਯਾਬ ਰਹੇ ਨੇ। ਜਸਪ੍ਰੀਤ ਬੁਮਰਾਹ ਬਤੌਰ T20 ਇੰਟਰਨੈਸ਼ਨਲ ਭਾਰਤੀ ਕਪਤਾਨ ਦੇ ਤੌਰ 'ਤੇ ਆਇਰਲੈਂਡ ਦੇ ਖਿਲਾਫ T20 ਮੈਚ ਜਿੱਤਣ ਦੇ ਮਾਮਲੇ 'ਚ ਹੁਣ ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਦੇ ਬਰਾਬਰ ਪਹੁੰਚ ਗਏ ਨੇ। ਵਿਰਾਟ ਨੇ ਜਿੱਥੇ ਸਾਲ 2018 ਵਿੱਚ ਉੱਥੇ ਹੀ ਹਾਰਦਿਕ ਨੇ ਸਾਲ 2022 ਵਿੱਚ ਆਇਰਲੈਂਡ ਦੇ ਖਿਲਾਫ ਬਤੌਰ ਕਪਤਾਨ 2 ਮੈਚਾਂ 'ਚ ਜਿੱਤ ਹਾਸਲ ਕੀਤੀ ਸੀ। ਹੁਣ ਬੁਮਰਾਹ ਕੋਲ ਇਹਨਾਂ ਦੋਵਾਂ ਨੂੰ ਹੀ ਤੀਸਰੇ ਮੈਚ 'ਚ ਪਿੱਛੇ ਛੱਡਣ ਦਾ ਮੌਕਾ ਹੋਏਗਾ। ਆਇਰਲੈਂਡ ਦੇ ਖਿਲਾਫ ਸੀਰੀਜ਼ ਵਿੱਚ ਬੜਤ ਲੈਣ ਤੋਂ ਬਾਅਦ ਹੁਣ 23 ਅਗਸਤ ਨੂੰ ਖੇਡੇ ਜਾਣ ਵਾਲੇ ਇਸ ਸੀਰੀਜ਼ ਦੇ ਤੀਜੇ ਮੁਕਾਬਲੇ ਲਈ ਟੀਮ ਇੰਡੀਆ ਦੀ ਪਲੇਇੰਗ 11 ਵਿੱਚ ਬਦਲਾਵ ਦੇਖੇ ਜਾਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ। ਅਜਿਹੇ 'ਚ ਤੇਜ਼ ਗੇਂਦਬਾਜ਼ੀ ਵਿੱਚ ਜਿੱਥੇ ਆਵੇਸ਼ ਖਾਨ ਨੂੰ ਮੌਕਾ ਮਿਲ ਸਕਦਾ ਹੈ, ਉੱਥੇ ਹੀ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਵੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਹੁਣ ਤੱਕ ਇਸ T20 ਸੀਰੀਜ਼ ਵਿੱਚ ਤਿਲਕ ਵਰਮਾ ਦਾ ਬੱਲਾ ਦੋਵੇਂ ਮੈਚਾਂ ਵਿੱਚ ਖਾਮੋਸ਼ ਦਿਖਿਆ ਹੈ। ਅਜਿਹੇ 'ਚ ਤੀਸਰੇ ਮੁਕਾਬਲੇ 'ਚ ਉਹਨਾਂ ਦੇ ਪ੍ਰਦਰਸ਼ਨ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣ ਵਾਲੀਆਂ ਨੇ।